ਸਾਰੇ ਹੀ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ। ਦੋਸਤੋ ਵਿੱਚ ਇੱਕ ਵੀਰ ਨੇ ਕਮੈਂਟ ਕੀਤਾ ਸੀ, ਕਹਿੰਦਾ ਵੀ ਮਿਲਕਿੰਗ ਮਸ਼ੀਨ ਕਿਹੜੀ ਵਰਤ ਰਹੇ ਹੋ, ਉਸ ਬਾਰੇ ਵੀਡੀਓ ਪਾਇਓ। ਆਪਾਂ ਤਾਂ ਕਰਕੇ ਵੀਡੀਓ ਬਣਾ ਰਹੇ ਹਾਂ ਵੀ ਆਪਾਂ ਕਿਹੜੀ ਮਿਲਕਿੰਗ ਮਸ਼ੀਨ ਵਰਤਦੇ ਹਾਂ। ਆਪਾਂ ਦੋਸਤੋ ਵੈਨਸਨ ਵਰਤਦੇ, ਵੈਨਸਨ ਦੀ ਮਸ਼ੀਨ। ਆਪਣੇ ਜ਼ਿਆਦਾਤਰ ਫਾਰਮਾਂ 'ਚ ਵੈਨਸਨ ਅਤੇ ਵੈਨਸਨ ਹੀ ਜ਼ਿਆਦਾ ਚੱਲਦੀ ਆ ਅਤੇ ਡੀਲ ਵੈਲ ਜ਼ਿਆਦਾ ਚੱਲਦੀ ਆ। ਬਾਕੀ ਸਾਰਿਆਂ ਨਾਲੋਂ ਬੈਸਟ ਕੰਪਨੀ ਆ ਵੈਨਸਨ। ਇਹ ਤਾਂ ਲਗਭਗ ਜੇ ਆਪਾਂ ਇੱਕ ਇੱਕ ਦੀ ਮੋਟਰ ਵਾਲੀ ਇਹਦੀਆਂ ਅਤੇ ਦੋ ਦੋ ਮਸ਼ੀਨਾਂ ਚੱਲ ਜਾਂਦੀਆਂ ਆਪਣੀਆਂ, ਦੋ ਢੋਲੀਆਂ ਲੱਗ ਜਾਂਦੀਆਂ। ਆਪਣੇ ਕੋਲ ਤਾਂ ਫਿਲਹਾਲ ਇੱਕ ਢੋਲੀ ਆ, ਮੋਟਰ ਵੈਸੇ ਵੱਡੀ ਆ। ਜੇ ਆਪਾਂ ਦੋ ਢੋਲੀਆਂ ਸਮੇਤ ਲੈਣੀ ਹੋਵੇ, ਜੇ ਦੋ ਢੋਲੀਆਂ ਸਮੇਤ ਆਪਾਂ ਲੈਣੀ ਹੋਵੇ ਤਾਂ ਆਪਾਂ ਨੂੰ 72-73 ਹਜ਼ਾਰ ਅੱਜ ਦਾ ਰੇਟ ਆ ਪੈਂਦੀ ਆ। ਜੇ ਆਪਾਂ ਸਿੰਗਲ ਢੋਲੀ ਲੈਣੀ ਹੈ ਵੀ ਮੋਟਰ ਆਪਾਂ ਨੂੰ ਦੋ ਵਾਲੀ ਹੋ ਮਿਲ ਜੇ ਅਤੇ ਸਿੰਗਲ ਢੋਲੀ ਲੈਣੀ ਹੈ ਤਾਂ ਆਪਾਂ ਨੂੰ 53-54 ਹਜ਼ਾਰ ਤੱਕ ਆਪਾਂ ਨੂੰ ਮਿਲ ਜਾਂਦੀ ਆ। ਪਰ ਇੱਕ ਦੋਸਤੋ ਮਸ਼ੀਨ ਲੈਣ ਵੇਲੇ ਐਂ ਜ਼ਰੂਰ ਧਿਆਨ ਰੱਖਣਾ ਕਿ ਆਪਾਂ ਮਸ਼ੀਨ ਕਿੱਥੋਂ ਲੈ ਰਹੇ ਹਾਂ। ਇਹ ਮਸ਼ੀਨ ਆਪਾਂ ਜਾਂ ਤਾਂ PDF ਦਾ, ਜਿਹੜਾ PDF ਵਾਲਿਆਂ ਦਾ ਮੁੱਲਾਪੁਰ ਦੁਕਾਨ ਆ, ਆਪਾਂ ਉੱਥੋਂ ਲੈ ਸਕਦੇ ਹਾਂ ਕਿਉਂਕਿ ਉੱਥੇ ਆਪਾਂ ਨੂੰ ਤਸੱਲੀ ਨਾਲ ਮਿਲ ਜਾਂਦੀ ਹੈ। ਜੇ ਤੁਹਾਨੂੰ ਕੋਈ ਤੁਹਾਡੇ ਪਿੰਡ ਮਸ਼ੀਨ ਠੀਕ ਕਰਨ ਵਾਲਾ ਆਉਂਦਾ ਜਾਂ ਹੋਰ, ਕਈ ਵਾਰ ਉਹ ਬੰਦੇ ਕੰਪਨੀ ਦੇ ਨਹੀਂ ਹੁੰਦੇ, ਵੈਸੇ ਹੀ ਮਸ਼ੀਨਾਂ ਠੀਕ ਕਰਦੇ ਹੁੰਦੇ ਆ, ਆਪਾਂ ਉਹਨਾਂ ਤੋਂ ਲੈ ਲੈਂਦੇ ਹਾਂ, ਤਾਂ ਉਹ ਕਈ ਵਾਰ ਸਮਾਨ ਬਦਲ ਦਿੰਦੇ ਆ ਤਾਂ ਜੋ ਆਪਾਂ ਮਸ਼ੀਨ ਖੁਦ ਆਪ ਜਾ ਕੇ ਦੁਕਾਨ ਤੋਂ ਲਿਆਈਏ, ਕਿਸੇ ਦੇ ਜਰਗੇ ਨਾ ਮੰਗਾਈਏ, ਕਿਸੇ ਜੋ ਮਕੈਨਿਕ ਆ ਮਸ਼ੀਨਾਂ ਦਾ ਉਹਨਾਂ ਨਾਲ ਜਰਗੇ ਨਾ ਮੰਗਾਈਏ, ਆਪਾਂ ਆਪ ਜਾ ਕੇ ਮਸ਼ੀਨ ਲਿਆਈਏ ਤਾਂ ਸਭ ਤੋਂ ਬਿਹਤਰ ਰਹਿੰਦਾ ਹੈਗਾ। ਜੇ ਤੁਸੀਂ ਕਿਸੇ ਜਰਗੇ ਲਓਗੇ, ਕਿਸੇ ਮਕੈਨਿਕ ਜਰਗੇ ਲਓਗੇ, ਤੁਹਾਨੂੰ ਕਹੂਗਾ ਵੀ ਮਸ਼ੀਨ ਤੁਹਾਨੂੰ ਮੈਂ ਵੀ ਉਹ ਰੇਟ ਵੀ ਤੁਹਾਨੂੰ 3-4-5-6 ਹਜ਼ਾਰ ਘੱਟ ਦੱਸ ਦੂਗਾ। ਆਪਾਂ ਨੂੰ ਆਪਾਂ ਵੀ ਜਦੋਂ ਮਸ਼ੀਨ ਲਈਏ ਆਪਾਂ ਨੂੰ ਐਕਚੁਅਲ ਰੇਟ ਨਹੀਂ ਪਤਾ ਸੀਗਾ ਮਸ਼ੀਨ ਦਾ ਵੀ ਕਿੰਨਾ ਗਾ ਉਦੋਂ, ਅਤੇ ਆਪਾਂ ਇਸ ਤਰ੍ਹਾਂ ਹੀ ਆਪਾਂ ਕਿਸੇ ਬੰਦੇ ਤੋਂ ਲੈ ਲਈ ਸੀ, ਉਹਨੇ ਆਪਾਂ ਨੂੰ 57-58 ਹਜ਼ਾਰ ਦੀ ਮਸ਼ੀਨ, ਆਹ 47-48 ਹਜ਼ਾਰ ਦੀ ਆਪਾਂ ਨੂੰ ਮਸ਼ੀਨ ਲਾਈ ਸੀਗੀ। ਪਰ ਬਾਅਦ 'ਚ ਪਤਾ ਚੱਲਿਆ ਵੀ ਉਹਨੇ ਜਿਹੜਾ ਇੱਕ ਪਲਸੇਟਰ ਆ ਇਹ ਡੁਪਲੀਕੇਟ ਪਾਤਾ। ਰੀਜਨਲ ਪਲਸੇਟਰ ਅੱਜ ਕੱਲ੍ਹ 6 ਹਜ਼ਾਰ ਦਾ ਆਉਂਦਾ, ਇਹ ਕੋਈ 2200-2300 ਦਾ 2500 ਦਾ ਪਲਸੇਟਰ ਇਹਨੇ ਸਾਨੂੰ ਡੁਪਲੀਕੇਟ ਪਾ ਕੇ ਦੇਤਾ। ਬਾਕੀ ਜੋ ਇਹਦੇ ਨਾਲ ਕੈਮੀਕਲਸ ਆਉਂਦੇ ਆ ਮਸ਼ੀਨ ਧੋਣ ਵਾਲੇ, ਉਹ ਵੀ ਨਹੀਂ ਦਿੱਤੇ ਆਪਾਂ ਨੂੰ। ਬਾਕੀ ਅੱਜ ਜਿਹੜੀਆਂ ਨਵੀਆਂ ਮਸ਼ੀਨਾਂ ਆਉਂਦੀਆਂ ਸੀ ਉਹਨਾਂ ਦੇ ਸਟੇਟਸ ਇੰਡੀਕੇਟਰ ਵੀ ਆਉਂਦੇ ਸੀਗੇ ਆਪਾਂ ਐਪ 'ਤੇ ਲੱਗੇ ਹੋਏ ਇੱਥੇ, ਉਹ ਵੀ ਨਹੀਂ ਮਿਲਿਆ ਆਪਾਂ ਨੂੰ। ਤਾਂ ਕਰਕੇ ਉਹਨੇ ਆਪਦੇ ਕੋਲੋਂ ਕੁਛ ਸਮਾਨ ਬਦਲ ਕੇ ਅਤੇ ਆਪਾਂ ਨੂੰ ਮਸ਼ੀਨ ਦੇ ਦਿੱਤੀ 47-48 ਹਜ਼ਾਰ 'ਚ। ਪਰ ਆਪਾਂ ਨੂੰ ਬਾਅਦ 'ਚ ਪਤਾ ਚੱਲਿਆ ਅਤੇ ਬਾਅਦ 'ਚ ਫਿਰ ਆਪਾਂ ਕਰ ਵੀ ਕੀ ਸਕਦੇ ਹਾਂ। ਤਾਂ ਇਸ ਕਰਕੇ ਕਹਿੰਦੇ ਵੀਰੋ ਜਦੋਂ ਮਸ਼ੀਨ ਲੈਣੀ ਆ ਆਪਾਂ ਮਸ਼ੀਨ ਕਿਸੇ ਭਰੋਸੇਯੋਗ ਦੁਕਾਨ ਤੋਂ ਆ ਲਈਏ, ਕਿਸੇ ਦੇ ਜਰਗੇ ਨਾ ਮੰਗਾਈਏ। ਬਾਕੀ ਜੇ ਕੋਈ ਵੀਰ ਨੈਸਲੇ ਜਾਂ ਵੇਰਕਾ ਨੂੰ ਦੁੱਧ ਪਾਉਂਦੇ ਆ ਤਾਂ ਉਹ ਖਿਆਲ ਰੱਖਿਆ ਕਰਨਾ। ਕਈ ਵਾਰ ਸਕੀਮ ਆਉਂਦੀ ਹੈ ਗੌਰਮੈਂਟ ਵੱਲੋਂ ਵੀ ਮਸ਼ੀਨ ਆਪਾਂ ਨੂੰ ਦੋ ਬਕਟਾਂ ਵਾਲੀ ਜੋ 73-74 ਹਜ਼ਾਰ ਦੀ ਆ ਉਹ ਵੈਨਸਨ ਦੀ ਆਪਾਂ ਨੂੰ, ਜਿਹਨੂੰ ਆਪਾਂ ਨੈਸਲੇ ਜਿਵੇਂ ਦੁੱਧ ਪਾਉਣੇ, ਆਪਾਂ ਨੂੰ 50 ਹਜ਼ਾਰ ਤੱਕ ਮਿਲ ਸਕਦੀ ਆ। ਉਹਦੀ ਬੁਕਿੰਗ ਹੁੰਦੀ ਆ ਪਹਿਲਾਂ, ਉਹ ਜਦੋਂ ਸਕੀਮਾਂ ਆਉਂਦੀਆਂ ਥੋੜ੍ਹਾ ਜਿਹਾ ਨੌਲੇਜ ਰੱਖਿਆ ਕਰੋ ਵੀ ਜਦੋਂ ਸਕੀਮ ਆਈ ਉਦੋਂ ਅਪਲਾਈ ਕਰਤਾ ਤਾਂ ਆਪਾਂ ਨੂੰ ਆਪਣਾ 24-25 ਹਜ਼ਾਰ ਦਾ ਫਾਇਦਾ ਹੋ ਜੂਗਾ। ਬਾਕੀ ਦੋਸਤੋ ਵੈਨਸਨ ਦੀ ਮਸ਼ੀਨ ਆ, ਮੈਂ ਤਾਂ ਕਹਿਣਾ ਵੀ ਸਾਰਿਆਂ ਨੂੰ ਵੈਨਸਨ ਦੀ ਮਸ਼ੀਨ ਹੀ ਵਰਤਣੀ ਚਾਹੀਦੀ ਹੈ ਜਾਂ ਡੀਲ ਵੈਲ ਦੀ, ਕਿਉਂਕਿ ਇਹੀ ਮਸ਼ੀਨਾਂ ਆਪਣੇ ਜ਼ਿਆਦਾ ਚੱਲਦੀਆਂ, ਨਾ ਕੋਈ ਇਹਨਾਂ ਦੀ ਖਰਾਬੀ ਦੀ ਦਿੱਕਤ ਆ, ਨਾ ਕੁਛ ਹੋਰ ਦੀ ਦਿੱਕਤ ਆ। ਆਹ ਵੀ ਤੁਹਾਨੂੰ ਮੈਂ ਦਿਖਾਉਣਾ ਉੱਪਰ ਜਿਹੜੀ ਆਪਣੀ ਆ ਬੋਤਲ ਲਾਈ ਹੋਈ ਆ, ਇਹ ਵੀ ਆਪਣੇ ਕੋਲ ਥੱਲੇ ਅਤੇ ਚਿੱਟਾ ਡੱਬਾ ਸੀਗਾ, ਇਹ ਵੀ ਟੁੱਟਿਆ ਵਾ, ਦੇਤਾ ਉਹ ਬੰਦੇ ਨੇ। ਤਾਂ ਉਹ ਵੀਰੋ ਇਸ ਲਈ ਕਹਿਣਾ ਮੈਂ ਵੀ ਜੇ ਮਸ਼ੀਨ ਆਪਾਂ ਲੈਣੀ ਆ ਆਪਾਂ ਕਿਸੇ ਵਧੀਆ ਸ਼ੋਪ ਤੋਂ ਆਪ ਜਾ ਕੇ ਜਾਂ PDF ਵਾਲਿਆਂ ਤੋਂ ਮੁੱਲਾਪੁਰ ਜਾ ਕੇ ਆਪ ਲੈ ਕੇ ਆਈਏ, ਨਾ ਕਿ ਆਪਾਂ ਕਿਸੇ ਜਰਗੇ ਲਈਏ। ਦੋਸਤਾਂ ਪਲਸੇਟਰ ਵੀ ਦੇਖ ਲਓ, ਇਹ 2200-2300 ਦਾ ਪਲਸੇਟਰ ਆਉਂਦਾ ਹੈ, ਜਿਹੜਾ ਰੀਜਨਲ ਆਉਂਦਾ ਸਟੀਲ ਜੇ ਵਾਂਗੂ ਹੁੰਦਾ ਉੱਪਰ, ਉਹ ਆਉਂਦਾ ਹੈਗਾ ਆਪਣਾ
ਅੱਛਾ 5,500-6,000 ਦਾ। ਬਾਕੀ ਇਹ ਢੋਲੀ 'ਚ 27 ਲੀਟਰ ਦੀ ਢੋਲੀ ਹੈ ਇਹ ਆਪਣੇ ਕੋਲ। ਜੇ ਆਪਾਂ ਇਕੱਲਾ ਢੋਲ ਲੈਣਾ ਗਾ, ਜੇ ਆਪਾਂ ਇਕੱਲਾ ਢੋਲ ਵੀ ਲੈਣਾ ਤਾਂ 22-23 ਹਜ਼ਾਰ ਦਾ ਢੋਲ ਪੈ ਜਾਂਦਾ ਆਪਾਂ ਨੂੰ, ਉੱਪਰ ਸਾਰੇ ਲਾਈਨਰ ਲੂਨਰ ਲੱਗੇ ਹੋਣਗੇ। ਜੇ ਚੱਲਦੀ ਵੀ ਲੈਣੀ ਹੁੰਦੀ ਹੈ ਮਸ਼ੀਨ ਤਾਂ 33-34 ਹਜ਼ਾਰ ਦੀ ਮਸ਼ੀਨ ਮਿਲ ਜਾਂਦੀ ਹੈ ਚੱਲਦੀ ਵੀ। ਬਾਕੀ ਜਿਵੇਂ ਕੋਈ ਨੈਚੁਰਲ ਬੇਰਕਣ ਦੁੱਧ ਪਾਉਣਾ ਦੋਸਤੋ, ਉੱਧਰ ਜ਼ਿਆਦਾ ਧਿਆਨ ਰੱਖੋ ਵੀ ਆਪਾਂ ਮਸ਼ੀਨ ਉੱਧਰ ਆਪਣਾ ਫਾਇਦਾ ਹੋ ਜੇ। ਵੈਸੇ ਮੈਂ ਤਾਂ ਕਹੂੰਗਾ ਵੀ ਬੈਂਸਨ ਬੈਸਟ ਆ ਸਾਰਿਆਂ ਨਾਲੋਂ, ਡੀਲ ਵੈਲ ਵੀ ਬੈਸਟ ਆ, ਵੀ ਇਹਨਾਂ ਦੀ ਮਸ਼ੀਨ ਹੀ ਵਰਤੋ, ਆਪਾਂ ਹੋਰ ਕਿਸੇ ਚੱਕਰਾਂ 'ਚ ਨਾ ਪਵੋ ਅਤੇ ਲਓ ਵੀ ਦੁਕਾਨ 'ਤੇ ਜਾ ਕੇ ਖੁਦ ਹੀ ਲਵੋ। ਆਪਣੇ ਕੋਲ ਆ ਮੋਟਰ ਤਾਂ 1 HP ਦੀ ਆ, ਅਤੇ ਆਪਣੇ ਕੋਲ ਬਕਟ 1 ਚਲਾਉਣੇ ਆ, ਪਰ ਇਹ 'ਤੇ 2 ਵੀ ਚੱਲ ਸਕਦੀਆਂ। ਜੇ ਆਪਾਂ ਹੁਣ ਲਿਆਉਣੀ ਹੋ 22-23 ਹਜ਼ਾਰ ਦੀ ਬਕਟ ਆਉਂਦੀ ਹੈ ਨਵੀਂ, ਆਪਾਂ ਲਿਆ ਕੇ ਲਾ ਵੀ ਸਕਦੇ ਹਾਂ। ਸੋ ਦੋਸਤੋ ਹੁਣ ਵੀਡੀਓ ਮੈਂ ਸਮਾਪਤ ਕਰਦਾ। ਮੇਰੇ ਦੋਸਤੋ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ। ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ।